ਕੂੜਾ ਦੇਖੋ ਮਾਰਿਆ ਦੋ ਧਿਰਾਂ ਦੇ ਝਗੜੇ ਵਿਚਕਾਰ ਚਰਚ ਦਾ ਵੱਡਾ ਨੁਕਸਾਨ ਹੋਇਆ। ਦੱਸ ਦਈਏ ਕਿ ਇੱਕ ਪਿੰਡ ਦੇ ਵਿੱਚ ਦੋ ਧਿਰਾਂ ਵਿਚਕਾਰ ਜ਼ਬਰਦਸਤ ਖੂਨੀ ਝੜਪ ਚੱਲ ਰਹੀ ਸੀ ਅਤੇ ਇਸੀ ਵਿਚਕਾਰ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਇੱਟਾਂ ਰੋੜੇ ਵਰਸਾਉਣੇ ਸ਼ੁਰੂ ਕਰ ਦਿੱਤੇ ਅਤੇ ਇੱਟਾਂ ਰੋੜੇ ਇਸ ਕਦਰ ਵਰਸਾਏ ਗਏ ਕਿ ਉਹਨਾਂ ਦੇ ਵਿੱਚੋਂ ਕਈ ਇੱਟਾਂ ਰੋੜੇ ਚਰਚ ਦੇ ਅੰਦਰ ਗਏ, ਜਿਸ ਦੇ ਕਾਰਨ ਲੋਕ ਕਾਫੀ ਡਰ ਗਏ ਕਿਉਂਕਿ ਅੰਦਰ ਕਿਹਾ ਜਾ ਰਿਹਾ ਕਿ ਬੱਚੇ ਵੀ ਸੀ ਅਤੇ ਕੁਝ ਲੋਕ ਵੀ ਮੌਜੂਦ ਸੀ ਜੋ ਕਿ ਪ੍ਰੇਅਰ ਕਰ ਰਹੇ ਸੀ। ਪਹਿਲਾਂ ਤਾਂ ਉਹਨਾਂ ਨੂੰ ਕੁਝ ਸਮਝ ਹੀ ਨਹੀਂ ਲੱਗਿਆ ਕਿ ਆਖਰ ਇਹ ਰੋੜੇ ਅਤੇ ਇੱਟਾਂ ਪੱਥਰ ਆ ਕਿੱਧਰੋਂ ਰਹੇ ਨੇ। ਸ਼ੈੱਡ ਵੀ ਜੋ ਹੈ ਅੰਦਰ ਪਾਇਆ ਹੋਇਆ ਸੀ ਉਹ ਵੀ ਤੋੜ ਦਿੱਤਾ ਅਤੇ ਇਸ ਦੇ ਨਾਲ ਹੀ ਭਾਰੀ ਨੁਕਸਾਨ ਜੋ ਹੈ ਉਹ ਚਰਚ ਦਾ ਹੋਇਆ। ਤਾਂ ਦੋ ਧਿਰਾਂ ਦੀ ਲੜਾਈ ਜਿੱਥੇ ਚੱਲ ਰਹੀ ਸੀ, ਖੂਨੀ ਝੜਪ ਚੱਲ ਰਹੀ ਸੀ, ਉੱਥੇ ਇੱਕ ਚਰਚ ਦਾ ਵੀ ਵੱਡਾ ਨੁਕਸਾਨ ਹੋਇਆ। ਫਿਲਹਾਲ ਮੌਕੇ ਦੇ ਉੱਤੇ ਜੋ ਚਰਚ ਦੇ ਪਾਸਟਰ ਨੇ ਉਹਨਾਂ ਨੇ ਵੀ ਇਸ ਘਟਨਾ ਦੇ ਉੱਤੇ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਹੁਣ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਾ ਹੈ। ਤਾਂ ਦੱਸ ਦਈਏ ਕਿ ਇਹ ਮਾਮਲਾ ਜ਼ੀਰਾ ਹਲਕਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਪਿੰਡ ਦੇ ਵਿੱਚ ਦੋ ਧਿਰਾਂ ਦੀ ਲੜਾਈ ਚੱਲ ਰਹੀ ਸੀ, ਇੱਟਾਂ ਰੋੜੇ ਵਰਸਾਏ ਜਾ ਰਹੇ ਸੀ, ਪਰ ਇਹ ਇੱਟਾਂ ਰੋੜੇ ਜੋ ਨੇ ਉਹ ਚਰਚ ਦੇ ਉੱਪਰ ਵੀ ਵਰਸਾ ਦਿੱਤੇ ਗਏ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਚਰਚ ਦੀਆਂ ਕੰਧਾਂ ਜੋ ਨੇ ਉਹ ਤੋੜ ਦਿੱਤੀਆਂ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਚਰਚ ਦੇ ਬਾਹਰ ਖੜ੍ਹੇ ਜੋ ਬਾਈਕ ਸੀ ਉਹਨਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ ਅਤੇ ਲੋਕਾਂ ਦੇ ਵੱਲੋਂ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉੱਥੇ ਦੋਵਾਂ ਧਿਰਾਂ ਦੇ ਝਗੜੇ ਵਿਚਕਾਰ ਕਈ ਲੋਕ ਜ਼ਖਮੀ ਵੀ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਦੋਵਾਂ ਧਿਰਾਂ ਵਿਚਕਾਰ ਝਗੜੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ, ਪਰ ਪੁਲਿਸ ਹੁਣ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਜ਼ੀਰੇ ਤੋਂ ਇਹ ਮਾਮਲਾ ਸਾਹਮਣੇ ਆਇਆ। ਹਾਂਜੀ, ਮੈਂ ਇੱਥੇ ਪੇਅਰ ਕਰਨ ਆਇਆ ਸੀ ਆਪਣੇ, ਸਾਡੇ ਚੈਨ ਪੇਅਰ ਸਟਾਰਟ ਹੋਇਆ 24 ਘੰਟਿਆਂ ਦੀ, ਮੈਂ ਪੇਅਰ ਕਰਨ ਆਇਆ ਸੀ। ਜਦੋਂ ਮੈਂ ਦੇਖਿਆ ਬਾਹਰ ਹਫਰਾ ਤਫੜੀ ਵੱਸ ਰਹੀ ਆ, ਮਾਸਟਰ ਜੀ ਅੰਦਰ ਆਏ ਤਾਂ ਮੈਂ ਬਾਹਰ ਨਿਕਲਿਆ। ਇੱਕ ਵਾਰੀ ਉਹ ਸਾਹਮਣੇ ਖੜ੍ਹੇ ਸੀਗੇ, ਇੱਕ 15-20 ਜਣੇ ਖੜ੍ਹੇ ਸੀਗੇ, ਉਹ ਰੋੜੇ ਖੜ੍ਹਨ ਦਾ ਮੌਕਾ ਵੀ ਨਹੀਂ ਦਿੰਦੇ ਸੀ ਸਾਨੂੰ, ਅੰਦਰ ਤੱਕ ਰੋੜੇ ਆ ਰਹੇ ਸੀ। ਮੈਂ ਪੇਅਰ ਇੱਥੇ ਕਰਨ ਆਇਆ ਸੀ, ਬਕਾਇਦਾ ਮੇਰਾ ਬਾਈਕ ਬਾਹਰ ਖੜ੍ਹੀ ਸੀ, ਮੇਰੀ ਬਾਈਕ ਨੇ ਵੀ ਸਾਰਾ ਭੰਨ ਗਏ ਉਹ, ਅਤੇ ਇੱਦਾਂ ਕਰਕੇ ਸਾਨੂੰ ਮੌਕਾ ਨਹੀਂ ਦਿੱਤਾ, ਇੱਥੇ ਖੜ੍ਹਨ ਦਾ ਮੌਕਾ ਵੀ ਨਹੀਂ ਦਿੱਤਾ ਜੀ, ਇੰਨੀ ਜ਼ੋਰ ਦੀ ਰੋੜੇ ਆ ਰਹੇ ਸੀਗੇ। ਅਸੀਂ ਇਹ ਪ੍ਰਸ਼ਾਸਨ ਤੋਂ ਚਾਹਵਾਂਗੇ ਸਾਨੂੰ ਇਨਸਾਫ ਦਿੱਤਾ ਜਾਵੇ। ਤੇ ਸਾਨੂੰ ਤਾਂ ਪਤਾ ਵੀ ਨਹੀਂ ਸੀ ਉਹਦਾ, ਸਾਨੂੰ ਕੁੰਡਾ ਲਾ ਦਿੱਤਾ ਪੁਲਿਸ ਵਾਲਿਆਂ ਨੇ, ਤੇ ਜਦੋਂ 7 ਵਜੀ ਸਾਨੂੰ ਤਾਂ ਲੋਕਾਂ ਨੇ ਦੱਸਿਆ ਵੀ ਉਹਦੇ 7 ਵਜ ਗਈ ਹੈ, ਹੁਣ ਫਰੀਦਕੋਟ ਦਾਖਲ ਹੈ ਜੀ। ਹਾਂਜੀ, ਮੇਰਾ ਨਾਮ ਪਾਸਟਰ ਸੋਨੂ ਆ ਜੀ, ਔਰ ਇਹ ਜੋ ਵੀ ਇਹ ਲੜਾਈ ਝਗੜਾ ਹੋਇਆ ਇਹ ਬਾਹਰ ਗਲੀ ਦੇ ਵਿੱਚ ਚੱਲ ਰਿਹਾ ਸੀਗਾ, ਤੋ ਚਰਚ ਦੇ ਵਿੱਚ ਅਚਾਨਕ ਹੀ ਇਹ ਇੱਟਾਂ ਰੋੜੇ ਚੱਲਣੇ ਸ਼ੁਰੂ ਹੋ ਗਏ। ਅਸੀਂ ਖਾਣਾ ਖਾ ਰਹੇ ਸੀਗੇ ਔਰ ਖਾਣਾ ਖਾਂਦਿਆਂ ਸਾਰ ਹੀ ਜਦੋਂ ਇੱਟਾਂ ਦਾ ਪਤਾ ਲੱਗਾ ਵੀ ਇੱਟਾਂ ਵੱਜ ਰਹੀਆਂ, ਤਾਂ ਅਸੀਂ ਡਰ ਗਏ। ਅਚਾਨਕ ਹੀ ਅੰਦਰ ਪ੍ਰੇਅਰ ਚੱਲ ਰਹੀ ਸੀ, ਉਹ ਵੀ ਬੱਚੇ ਡਰ ਗਏ ਕਿ ਚਰਚ ਦੇ ਵਿੱਚ ਕੀ ਚੱਲ ਰਿਹਾ, ਕੀ ਖੜਕਾ ਕਾਂਧਾ ਹੋ ਰਿਹਾ, ਉਹ ਵੀ ਭੱਜ ਕੇ ਬਾਹਰ ਨਿਕਲੇ। ਔਰ ਜੋ ਅਸੀਂ ਪ੍ਰਸ਼ਾਸਨ ਨੂੰ ਇਹੀ ਅਸੀਂ ਮੰਗ ਕਰਦੇ ਹਾਂ ਕਿ ਜੋ ਸਾਨੂੰ ਇਨਸਾਫ ਦਿੱਤਾ ਜਾਵੇ, ਵੀ ਸਾਡਾ ਤਾਂ ਕੋਈ ਮਸਲਾ ਨਹੀਂ ਹੈਗਾ, ਸਾਡੀ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਅਸੀਂ ਕਦੀ ਲੜੇ ਨਹੀਂ ਕਿਸੇ ਨਾਲ। ਔਰ ਇਹ ਚਰਚ ਦਾ ਜਿਹੜਾ ਵਾ, ਇਹ ਚਰਚ ਦਾ ਨਾਮ ਹੈਗਾ ਦਾ ਓਸ਼ਨ ਆਫ ਲਿਵਿੰਗ ਵਾਟਰ ਚਰਚ, ਔਰ ਇਹ ਜ਼ੀਰਾ ਜਿਹੜਾ ਸੰਤ ਪੂਰਨ ਸਿੰਘ ਵਾਲੀ ਬਸਤੀ ਆ। ਮੇਰਾ ਨਾਮ ਪਾਸਟਰ ਸੋਨੂ ਆ ਔਰ ਅਸੀਂ ਸਾਰੇ ਸੇਵਾ ਕਰਦੇ ਇੱਥੇ। ਪਾਸਟਰ ਜੀ ਵੀ ਸਾਡੇ ਨਾਲ ਪਹੁੰਚੇ ਹੋਏ ਨੇ ਪਤਾ ਕਰਨ ਦੇ ਲਈ ਵੀ ਕੀ
ਕੀ ਮਸਲਾ ਹੋਇਆ ਔਰ ਸਾਰਿਆਂ ਨੂੰ ਜਨ ਉਹ ਜਿਹੜੇ ਵਿਅਕਤੀ ਸੀ ਜਿਹੜੇ ਜਿਨ੍ਹਾਂ ਨੇ ਇੱਟਾਂ ਰੋੜੇ ਚਲਾਏ ਉਹਨਾਂ ਦਾ ਜਿਹੜਾ ਉਹ ਜੱਜ ਆ ਉਹਦਾ ਨਾਮ ਉਹਦੇ ਬੱਚੇ ਸੀ ਦੋ, ਇੱਕ ਦਾ ਨਾਂ ਨੰਨੀ ਇੱਕ ਦਾ ਨਾਂ ਉਹ ਮੈਨੂੰ ਪਤਾ ਨਹੀਂਗਾ, ਔਰ ਦੂਸਰਾ ਇੱਕ ਸ਼ੇਰੂ ਸੀਗਾ ਔਰ ਸ਼ੇਰੂ ਦਾ ਭਰਾ ਜਿਹੜਾ ਸੂਰਜ ਸੀਗਾ ਔਰ ਔਰ ਕਾਫੀ ਕਾਫੀ ਜਾਣੇ ਉੱਥੇ 15-20 ਜਾਣੇ ਜਿਹੜੇ ਉੱਪਰ ਖੜੇ ਹੋਏ ਸੀਗੇ ਔਰ ਸਾਡਾ ਤਾਂ ਉਹਨਾਂ ਨੂੰ ਕੋਈ ਮਸਲਾ ਨਹੀਂ ਹੈਗਾ ਸੀਗਾ, ਤੋ ਅਚਾਨਕ ਹੀ ਉਹ ਇੱਟਾਂ ਰੋੜੇ ਇੱਧਰ ਨੂੰ ਚਲਾਉਣ ਲੱਗ ਪਏ। ਉੱਥੇ ਮੈਂ ਰਾਤ ਜਦੋਂ ਸਾਨੂੰ ਪਤਾ ਲੱਗਾ ਸਾਡੀ ਫੋਰਸ ਗਈ, ਫੋਰਸ ਜਾਣ ਤੋਂ ਬਾਅਦ ਮੈਂ ਵੀ ਉੱਥੇ ਮੌਕੇ 'ਤੇ ਚਲ ਗਿਆ। ਉੱਥੇ ਗਲੀ ਦੇ ਵਿੱਚ ਜਿਹੜੇ ਨਾ ਰੋੜੇ ਵਗੈਰਾ ਇੱਕ ਦੂਜੇ ਦੇ ਦੋਵੇਂ ਬੰਨੇ ਚੱਲੇ, ਦੋਵੇਂ ਬੰਨੇ ਉਹ ਜਿਹੜੇ ਕਿ ਸੱਟਾਂ ਹੈਗੀਆਂ ਹੋਸਪਿਟਲ ਦਾਖਲ ਆ, ਬੰਦੇ ਵੈਰੀਫਾਈ ਕਰਨਾ ਜਿਹੜੀ ਵੀ ਚੀਜ਼ ਸਾਹਮਣੇ ਆਊ ਉਹਦੇ ਹਿਸਾਬ ਦੇ ਕਾਨੂੰਨੀ ਕਾਰਵਾਈ ਕੀਤੀ ਜਾਊ। ਜਦੋਂ ਗਲੀ 'ਚ ਵੀਰ ਜੀ ਰੋੜੇ ਚੱਲੇ ਉਹ ਮਾੜਾ ਮੋਟਾ ਦੇਖਾ ਮੈਸੇਜ ਵੱਜਦੇ, ਕੋਈ ਉਹੋ ਜਿਹੀ ਇਹੋ ਜਿਹੀ ਚਰਚ ਵਾਲੀ ਕੋਈ ਗੱਲਬਾਤ ਨਹੀਂ।